अमेरिकन रूसी शाहूकार, अमेरिकन रूसी शाहूकार। श्री वाहेगुरु जी का खालसा, श्री वाहेगुरु जी की फतेह। लगातार मोर्चे चल रहे जथेबंदियों वालों। एक मैं कल गल कही थी भी जो सा टोल टैक्स जथेबंद ने घराओ घराओ कराया होया वीडियो को हस के ना लंघा करो, नहीं तुसी जो तुहाडा जिवें 100 रुपये की पर्ची बच जाए 10-20 रुपये आपदे सादा समान फंड दे के जाओ। अज मैनू वह गल देखण नूं मिली धरने ते ट्राले वाले जिहड़े सियाने बंदे ने ट्रकां वाले वीर तां पहले उन्हें रिस्पैक्ट है। आ जिहड़े शहरां जूरां जाले ने वह हस के लंघदे ने भी इत्थे कामली बैठे ने, पर जिहड़े उत्थों दान दे के जा रहे ने, क्योंकि यूनियन दे लंगर दे लंगर चलता हुंदा, लंगर दे विच तुसी अपना दान समान पा के उहनां तुहाडा बहुत बहुत धन्नवाद। नाल हुंदी जिहड़ी मैं बेनती करनी सीगी, इह करनी सी खास करके मेरे नौजवान भरावां, देखो लम्मा समां घोल चलना, कहिंदा जित्तांगे जरूर जारी जंग रखियो, जंगा जारी रखणे बंदे ने। नौजवानों नूं मेरी बेनती है कि नौजवान कुछ दिन आ के ना बहुत जोश दे नाल आए, पर हुण नौजवान धरनां दे विच घट गए। देखो वीरो लम्मा समां लड़ाई चलनी है, लम्मा समां तुहाडे साथ दी लोड़ आ, क्योंकि मैं मेरे हिसाब नाल जिद्दण दा इह काम चलिया सी 2 जां 3 दिन मेरे हिसाब नाल घरे रहे होवांगे, नहीं जिथे भी साड़ी असी हाजरी असी भरते ही भरते हाँ, क्योंकि असी साडा की कारना, असी जाके मन के चल अपना एक कट दिखा, एक रोस मार्च दिखा भी वे जो हम आप बंदे होना बंद प्रभाव पैंता है, जो आप जावे नहीं बिच बंदा होता मेरे जानना की होजूगा, जानना तो फिर सारे ही फिर मोर्चे नहीं लगता। सारे नौजवानों हुम हुमा के पहुंचो अपने अपने हुण जिहड़े थावां ते, जिवें नेड़े सानूं बठिंडे दे नौजवानों ने भरावां ने बुलाया सीगा, असीं उत्थे पहुंचे, असीं साडी कोशिश हुंदी आ वी असीं लोकल ही रहीए, पर जिथों भरा जिहड़े बड़ा ज्यादा प्यार करदे ने पर असीं पहुंचदे वी आ कोई चक्कर नहीं है ना, पर सारे अपने अपने तौर ते मोर्चा संभाल के रखो। सानूं असीं दिलों असीं कोई इत्थे चौधरा प्रधानगियां नहीं करनियां, कोई कुछ नहीं करनी, कईआं दे दिलां दे विच इह बहिम आ, उह बहिम नूं इसनूं कढ दो दूर कर दो। मेरे लिए कोई मेरी लिए साडी कोई अपनी पार्टी नहीं, कोई कुछ नहीं हैगा, साडा इक्को ही काम आ ਵੀ ਅਸੀਂ ਜਿੱਥੇ ਵੀ ਕਿਤੇ ਇੱਕ ਨੌਜਵਾਨਾਂ ਲਈ ਨਾਰਾ ਜ਼ਰੂਰ ਤਾਂ ਨੌਜਵਾਨ ਕਿਸਾਨ ਏਕਤਾ ਜਿੰਦਾਬਾਦ। ਬਾਕੀ ਤੁਸੀਂ ਵਹਿਮ ਭਰਮ ਕੱਢੋ, ਆਪਦੀ ਮਾੜੀ ਸੋਚ ਨੂੰ ਕੱਢੋ ਜਿਹੜੇ ਸਾਡੇ ਪ੍ਰਤੀ ਸੋਚ ਰਹੇ ਹੋ। ਅਸੀਂ ਦਿਲੋਂ ਇਸ ਲਈ ਚੱਲੇ ਹਾਂ, ਦਿਲੋਂ ਪਰਿਵਾਰ ਪਹਿਲਾਂ ਦਾਦੇ ਚੱਲਦੇ ਰਹੇ ਨੇ, ਹੁਣ ਅਸੀਂ ਉਵੇਂ ਅਸੀਂ ਚੱਲਦੇ ਰਹਾਂਗੇ, ਅਤੇ ਕਿਤੇ ਵੀ ਸਾਡੀ ਕਿਸੇ ਵੀ ਤਰ੍ਹਾਂ ਦੀ ਕਿਤੇ ਵੀ ਸਾਨੂੰ ਕਿਤੇ ਵੀ ਵੱਡਾ ਮੋਰਚਾ ਲਾਦਾ, ਜਿੱਥੇ ਵੀ ਸਾਡਾ ਸਾਨੂੰ ਬੁਲਾਉਂਦੇ ਨੇ, ਜਿੱਥੇ ਵੀ ਸਾਡਾ ਦਿਲ ਕਰਦਾ ਸੀ ਉੱਥੇ ਪਹੁੰਚਾਂਗੇ। ਬਸ ਅਸੀਂ ਜਿਵੇਂ ਵੀ ਅਸੀਂ ਨਾਲ ਨਾਲ ਅਸੀਂ ਆਪਣਾ ਆਪਣੇ ਤੌਰ 'ਤੇ ਅਸੀਂ ਇਸ ਦੇ ਵਿੱਚ ਮੰਨ ਕੇ ਚੱਲ, ਅਸੀਂ ਹਰ ਥਾਂ 'ਤੇ ਯੋਗਦਾਨ ਪਾਉਂਦੇ ਰਹਾਂਗੇ ਜਿੱਥੇ ਵੀ, ਕਿਉਂਕਿ ਸਾਡੀ ਯੂਨੀਅਨ ਸਾਡੀ ਜਥੇਬੰਦੀਆਂ ਕਰਕੇ ਸਾਡਾ ਪੰਜਾਬ ਦਾ ਸਾਰਾ ਸਿਸਟਮ ਸਾਰਾ ਢਾਂਚਾ ਬਚਿਆ ਹੋਇਆ। ਮੈਂ ਵਾਰ ਵਾਰ ਇਹ ਗੱਲ ਵੀਡੀਓ ਦੇ ਵਿੱਚ ਬੋਲਦਾ ਹੁੰਦਾ ਕਿ ਜੋ ਵੀ ਪੰਜਾਬ ਦੇ ਵਿੱਚ ਜੋ ਵੀ ਕੁਛ ਬਚਿਆ ਹੋਇਆ, ਖੇਤੀਬਾੜੀ ਸਾਰਾ ਕੁਝ ਜੋ ਵੀ ਬਚਿਆ ਜਥੇਬੰਦੀਆਂ ਕਰਕੇ ਬਚਿਆ ਹੋਇਆ, ਨਹੀਂ ਤਾਂ ਸਾਡੇ ਅੱਜ ਦੇ ਲੀਡਰ ਸਾਨੂੰ ਕਦੋਂ ਦੇ ਵੇਚ ਕੇ ਖਾ ਕੇ ਹੁੰਦੇ। ਅਤੇ ਜਿਹੜੀ ਮੈਂ ਗੱਲ ਨੌਜਵਾਨਾਂ ਨੂੰ ਬੇਨਤੀ ਕਰਨੀ ਆ, ਜਥੇਬੰਦੀਆਂ ਸਾਡੇ ਰਿਸਪੈਕਟ ਨੇ, ਸਾਰੇ ਰਿਸਪੈਕਟ ਕਰਦਾ, ਸਾਡੇ ਵੀ ਕਈ ਥਾਵਾਂ 'ਤੇ ਇਸ ਗੱਲ ਵਾਲੀ ਬੋਲਣ ਚੱਲਣ ਲਈ ਕਾਫੀ ਗੱਲਾਂ ਹੋ ਜਾਂਦੀਆਂ ਨੇ, ਪਰ ਨੌਜਵਾਨਾਂ ਨੂੰ ਮੇਰੀ ਹੱਥ ਬੰਨ੍ਹ ਕੇ ਅਪੀਲ ਇਹੀ ਹੈ ਵੀ ਤੁਹਾਡੇ 'ਚ ਬੇਸ਼ੱਕ ਸਿਆਣੇ ਬੰਦੇ, ਤੁਹਾਡੇ ਥਾਪੜਾ ਵੀ ਮਾਰਨ ਤੋਂ ਗੁੱਸਾ ਨਹੀਂ ਕਰਨਾ, ਸਾਡੇ ਆਪਾਂ ਇੱਕ ਮਚੋਰ ਆ, ਆਪਾਂ ਇੱਕ ਜੰਗ ਬੁਲਾਡਾ ਆਪਣਾ ਜਥੇਬੰਦੀਆਂ ਦਾ ਸਾਥ ਦੇਣਾ, ਆਪਾਂ ਇਕੱਠੇ ਹੋ ਕੇ ਲੜਨਾ। ਬਸ ਮੇਰੀਆਂ ਤਾਂ ਪਹਿਲਾਂ ਵੀ ਇਹੀ ਅਪੀਲ ਰਹੀ ਆ, ਹੁਣ ਵੀ ਇਹੀ ਅਪੀਲ ਰਹੀ ਹੈ ਵੀ ਜੇਕਰ ਜਥੇਬੰਦੀਆਂ ਸਾਡੀਆਂ ਸਾਰੀਆਂ ਇਕੱਠੀਆਂ ਹੋ ਕੇ ਚੱਲੋ, ਅਸੀਂ ਤੁਹਾਡੇ ਨੌਜਵਾਨ ਪਿੱਛੇ ਹਾਂ, ਜਥੇਬੰਦੀਆਂ ਇਕੱਠੀਆਂ ਹੋ ਕੇ ਚੱਲੋ, ਅਸੀਂ ਨੌਜਵਾਨ ਪਿੱਛੇ ਹਾਂ, ਜਿੰਨੇ ਵੀ ਜਾਣੇ ਹੁਣ ਤੁਸੀਂ ਸਾਨੂੰ ਪਿਆਰ ਕਰਨ ਵਾਲੇ ਹੋ, ਹਜੇ ਜਦੋਂ ਵੀ ਕਿਤੇ ਆਪਾਂ ਵੱਡਾ ਹੋਕਾ ਮਾਰਾਂਗੇ ਨੌਜਵਾਨਾਂ ਨੂੰ ਉਦੋਂ ਵੀ ਆਇਓ। ਤੁਸੀਂ ਦੇਖਿਆ ਹੀ ਆ ਕਿਵੇਂ ਆਪਣੇ ਪਿਆਰ ਕਰਨ ਵਾਲੇ ਨੌਜਵਾਨ ਭਰਾ, ਉਹਨਾਂ ਨੂੰ ਸਾਰਿਆਂ ਨੂੰ ਮਾਣ ਆ ਵੀ ਭਾਨਾ ਜੋ ਕੁਛ ਕਰ ਰਿਹਾ ਉਹਨਾਂ ਨੂੰ ਪਤਾ ਹੈ ਇਸ ਚੀਜ਼ਾਂ ਦਾ। ਮੈਂ ਬਾਹਰਾਂ ਵਾਲੀਆਂ ਗੱਲਾਂ ਰੋਜ਼ ਰੋਜ਼ ਨਹੀਂ ਬੋਲਦਾ, ਵਾਲੀਆਂ ਰੋਜ਼ ਹੀ ਵੀਡੀਓ ਪਾ ਕੇ ਵੀ ਗੱਲਾਂ ਐਵੇਂ ਨਹੀਂ ਕਰਨਾ। ਚਲੋ ਮੇਰਾ ਤਾਂ ਬਸ ਨੌਜਵਾਨਾਂ ਨੂੰ ਅਪੀਲ ਸੀ ਵੱਧ ਤੋਂ ਵੱਧ ਧਰਨਿਆਂ ਦੇ ਵਿੱਚ ਪਹੁੰਚੋ। ਟੋਲ ਟੈਕਸ ਵਾਲੀ ਮੈਨੂੰ ਬਹੁਤ ਗੱਲ ਦਾ ਖੁਸ਼ ਹੋਇਆ, ਜਿਹੜਾ ਤੁਸੀਂ ਟੈਲੀਫੋਨ ਸਾਡੀ ਜੂਨੀਅਰ ਨੂੰ ਉੱਥੇ ਜਾ ਕੇ ਦਾਨ ਕਰਕੇ, ਉਹਨਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਚੱਕ ਤੱਕ ਵੱਡੇ ਟੋਲ ਟੈਕਸ ਪੱਟਣਾ ਹੈ, ਪੱਟਾਂਗੇ, ਜੜਾਂ 'ਚੋਂ ਪੱਟਾਂਗੇ ਟੋਲ ਟੈਕਸ, ਫਿਕਰ ਨਾ ਕਰੋ। ਇਕੱਠੇ ਹੋ ਗਏ ਕੁਛ ਵੀ ਕਰ ਸਕਦੇ ਹਾਂ, ਜੇ ਟੁੱਟ ਗਏ ਜੇ ਵੰਡੇ ਗਏ ਫਿਰ ਕੁਛ ਨਹੀਂ ਕਰ ਸਕਦੇ, ਬਸ ਗਲਤੀ। ਓਕੇ ਜੀ, ਸਤਿ ਸ਼੍ਰੀ ਅਕਾਲ। Thank you.
ਸਮਾਜ ਦਾ ਜਿੱਥੋਂ ਤੋੜਾ ਕਰਦਾ ਖੇਤੀ ਤੇ ਖੇਤੀ ਨਾਲ ਜੁੜਨੀ ਸਾਡੀ ਜ਼ਮੀਨ ਪਹਾੜੇ ਨਾ ਪਾਟਿਆ ਮਜ਼ਦੂਰ ਬਾਰੇ ਇਹ ਵਰਤਿਆ ਜਾਂਦਾ ਕਿ ਆਖੜ ਹੁੰਦਾ ਆਕੜ ਵਾਲੀ ਹੁੰਦੀ ਆ प्यार करना या छुड़वाना वशीकरण लव